ਆਪਾਂ ਨੂੰ ਲੈ ਕੇ ਵੀ ਚਰਚਾ ਹੋਈ ਕਿ ਕਿਸ ਪ੍ਰਕਾਰ ਆਉਣ ਵਾਲੇ ਸਮੇਂ 'ਚ ਅਸੀਂ ਲੋਕ ਸਭਾ ਦੇ ਚੁਣਾਵ ਲੜਨੇ ਹੈ ਜੀ, ਔਰ ਕਿੱਦਾਂ ਕਿੱਦਾਂ ਅਸੀਂ ਫੀਲਡ 'ਚ ਜਾਣਾ ਹੈ ਔਰ ਮਾਸ ਕੰਟੈਕਟ ਪ੍ਰੋਗਰਾਮ ਕਰਨਾ ਹੈ, ਉਹਦੇ ਤੇ ਤਮਾਮ ਚਰਚਾ ਰਹੀ ਜੀ। ਇਸ ਕਰਕੇ ਅੱਜ ਇਹ ਜਿਹੜੀ ਮੀਟਿੰਗ ਸੱਦੀ ਗਈ ਸੀ। ਕਦੋਂ ਤੋਂ ਪ੍ਰਚਾਰ ਸ਼ੁਰੂ ਹੋ ਜਾਏਗਾ, ਕਦੋਂ ਤੋਂ ਤੁਸੀਂ ਇਲੈਕਸ਼ਨ ਦਾ ਬਿਗਲ ਵਜਾਉਂਦੇ ਹੋਏ ਨਜ਼ਰ ਆ ਰਹੇ? ਸੋ ਮੇਰੇ ਖਿਆਲ ਅਸੀਂ ਪ੍ਰਚਾਰ ਵਾਸਤੇ ਤਿਆਰ ਪਰ ਤਿਆਰ ਹੈ, ਪਰ ਜਿਹੜੀਆਂ ਸੰਗਠਨ ਦੇ ਵਿੱਚ ਕੋਈ ਕਿਤੇ ਕਮੀਆਂ ਜਾਂ ਕੋਈ ਇਹੋ ਜਿਹੀਆਂ ਚੀਜ਼ਾਂ ਸੀਗੀਆਂ ਉਹਦੇ ਤੇ ਅੱਜ ਡਿਸਕਸ਼ਨ ਹੋਈ ਹੈ ਕਿ ਕਿਸ ਤਰ੍ਹਾਂ ਆਉਣ ਵਾਲੇ ਸਮੇਂ 'ਚ ਅਸੀਂ ਸਰਕਾਰ ਨਾਲ ਲੜਾਈ ਲੜਨੀ ਹੈ, ਕਿਸ ਤਰ੍ਹਾਂ ਜਿਹੜੇ ਉਹ ਝੂਠੇ ਇਲਜ਼ਾਮਤ ਰੋਜ਼ ਫੋਕੀ ਮਸ਼ਹੂਰੀਆਂ ਵਾਲੀ ਸਰਕਾਰ ਸਾਡੇ ਲੋਕਾਂ 'ਤੇ ਲਾ ਰਹੀ ਹੈ, ਉਹਨਾਂ ਦੇ ਨਾਲ ਕਿਵੇਂ ਅਸੀਂ ਉਹਨਾਂ ਦਾ ਜਵਾਬ ਦੇਣਾ ਹੈ, ਔਰ ਕਿੱਦਾਂ ਅਸੀਂ ਪੰਜਾਬ ਦੇ ਲੋਕਾਂ ਦੇ ਵਿੱਚ ਜਾ ਕੇ ਜੋ ਬੁਨਿਆਦੀ ਮੁੱਦੇ ਸਨ ਪੰਜਾਬ ਦੇ ਲੋਕਾਂ 'ਤੇ, ਉਹਨਾਂ 'ਤੇ ਹਜੇ ਤੱਕ ਆਮ ਆਦਮੀ ਪਾਰਟੀ ਨੇ ਮਸ਼ਹੂਰੀਆਂ ਵਾਲੀ ਸਰਕਾਰ ਨੇ ਕਿਸੇ ਪ੍ਰਕਾਰ ਦਾ ਕੋਈ ਕੰਮ ਸ਼ੁਰੂਆਤ ਨਹੀਂ ਕੀਤਾ, ਉਹਨਾਂ ਨੂੰ ਕਿਵੇਂ ਐਕਸਪੋਜ਼ ਕਰਨਾ ਹੈ ਤੇ ਕਿਵੇਂ ਪਾਰਲੀਮੈਂਟ ਦਾ ਚੁਣਾਵ ਲੜਨਾ ਹੈ ਉਹ ਸਮਾਪਤ ਹੋ ਗਿਆ। ਸਾਥੀ ਜਿਹੜੇ ਨੇ ਪ੍ਰਧਾਨ ਲਗਾ ਦਿੱਤਾ ਹੈਗਾ ਸੁਨੀਲ ਜਾਖੜ ਨੂੰ, ਪ੍ਰਧਾਨ ਲਗਾ ਦਿੱਤਾ ਸੁਨੀਲ ਜਾਖੜ ਦਾ, ਕਿੰਨੀ ਵੱਡੀ ਚੁਣੌਤੀ ਮੰਨਦੇ ਹੋ? ਮੈਂ ਤਾਂ ਇਹ ਸਮਝਦਾ ਸੀ ਕਿ ਉਹ ਅਨਾਉਂਸਮੈਂਟ ਅੱਜ ਹੋਈ ਹੈ, ਲੇਕਿਨ ਇਹਦਾ ਫੈਸਲਾ 1.5 ਸਾਲ ਪਹਿਲਾਂ ਹੋ ਗਿਆ ਸੀ। ਇਸ ਗੱਲ ਦਾ ਫੈਸਲਾ 1.5 ਸਾਲ ਪਹਿਲਾਂ ਹੋ ਗਿਆ ਸੀ ਕਿ ਜਾਖੜ ਸਾਹਿਬ ਬੀਜੇਪੀ ਦੇ ਪ੍ਰਧਾਨ ਹੋਣਗੇ, ਔਰ ਮੈਨੂੰ ਉਹਦੇ ਅੰਦਾਜ਼ਾ ਹੋ ਗਿਆ ਸੀ ਜਦੋਂ ਚਿੰਤਨ ਸ਼ਿਵਰ ਤੋਂ ਬਾਅਦ ਉਦੈਪੁਰ ਸਪੈਸੀਫਿਕ ਡੇ ਚੁਣਿਆ ਗਿਆ ਉਹਨਾਂ ਦੇ ਅਸਤੀਫੇ ਵਾਲਾ, ਕਿਉਂਕਿ ਉਹ ਗੁੱਸੇ 'ਚ ਆਇਆ ਅਸਤੀਫਾ ਨਹੀਂ ਸੀ, ਉਹ ਇੱਕ ਪ੍ਰੀ ਪਲਾਨ ਜਿਹੜੀ ਮੂਵ ਸੀਗੀ ਬੀਜੇਪੀ ਦੀ, ਔਰ ਬਿਫੋਰ ਇਲੈਕਸ਼ਨ ਜਿਹੜਾ ਕੰਮ ਚੱਲ ਰਿਹਾ ਸੀ ਕਿ ਜਿਹੜਾ ਤਾਰਪੀਡੋ ਸਾਡਾ ਇਲੈਕਸ਼ਨ ਹੋਇਆ ਕਿ ਰੀਪ੍ਰੈਜ਼ੈਂਟੇਸ਼ਨ ਹਿੰਦੂ ਨੂੰ ਕਿਸੇ ਨੂੰ ਨਹੀਂ ਦਿੱਤੀ ਜਾ ਰਹੀ, ਜਾਂ ਮੁੱਖ ਮੰਤਰੀ ਹਿੰਦੂ ਨੂੰ ਚਿਹਰਾ ਨਹੀਂ ਬਣਾਇਆ ਜਾ ਰਿਹਾ, ਹਾਲਾਂਕਿ ਕਿਸੇ ਵੀ ਹਾਰੇ ਵਿਅਕਤੀ ਨੂੰ ਜਿਹੜਾ MLA ਨਾ ਹੋਵੇ ਉਹਨੂੰ ਮੁੱਖ ਮੰਤਰੀ ਕਿੱਦਾਂ ਬਣਾਇਆ ਜਾ ਸਕਦਾ ਹੈ। ਹਾਲਾਂਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਜਾਖੜ ਸਾਹਿਬ ਜੀ ਨੂੰ ਬਹੁਤ ਅਹਿਮ ਅਹੁਦੇ ਦਿੱਤੇ, ਔਰ ਮੈਨੂੰ ਲੱਗਦਾ ਕਿ ਰਾਜਨੀਤੀ ਦੀ ਜਿਹੜੀ ਗੁੜਤੀ ਹੈ ਉਹ ਕਾਂਗਰਸ ਪਾਰਟੀ ਤੋਂ ਜਾਖੜ ਸਾਹਿਬ ਨੇ ਲਈ, ਔਰ ਹਾਰਨ ਦੇ ਬਾਵਜੂਦ ਵੀ ਜਦੋਂ ਸਾਰੀ ਲੋਕ ਚੁਣਾਵ ਜਿੱਤੇ ਔਰ ਸਰਕਾਰ ਬਣੀ, ਲੇਕਿਨ ਉਹ ਆਪਦੇ ਰਾਜਨੀਤਿਕ ਜਿਹੜੇ ਉੱਥੋਂ ਜਿਹੜਾ ਉਹਨਾਂ ਦਾ ਜੱਦੀ ਹਲਕਾ ਸੀ ਉੱਥੋਂ ਹਾਰ ਗਏ, ਔਰ ਹਾਰਨ ਤੋਂ ਬਾਅਦ ਕਾਂਗਰਸ ਪਾਰਟੀ ਦੇ ਪ੍ਰਧਾਨ ਅਤੇ ਫਿਰ ਬਾਏ ਇਲੈਕਸ਼ਨ ਲੜਾਇਆ। ਸੋ ਮੈਂ ਸਮਝਦਾ ਕਿ ਮੈਂ ਜਾਖੜ ਸਾਹਿਬ ਨੂੰ, ਕਿਉਂਕਿ ਅਲਟੀਮੇਟਲੀ ਕਈ ਵਾਰੀ ਜਾਖੜ ਸਾਹਿਬ ਤੱਕ ਕਰੜੇ ਸ਼ਬਦ ਬੋਲ ਜਾਂਦੇ ਨੇ, ਕਿਉਂਕਿ ਫਿਰ ਅਸੀਂ ਕਹਿੰਦੇ ਕਿ ਉਹਨਾਂ ਦੀ ਉਮਰ ਦਾ ਤਗਾਜ਼ਾ ਦੇਖ ਕੇ, ਕਿਉਂਕਿ ਤਕਰੀਬਨ 69-70 ਸਾਲ ਦੀ ਉਮਰ ਹੁਣ ਜਾਖੜ ਸਾਹਿਬ ਦੀ ਹੋ ਗਈ ਹੈ, ਫਿਰ ਅਸੀਂ ਸਾਨੂੰ ਸਿਖਾਇਆ ਗਿਆ ਕਿ ਵੱਡਿਆਂ ਦਾ ਉਹਨਾਂ ਉਸ ਤਰ੍ਹਾਂ ਤਰੀਕੇ ਨਾਲ ਜਵਾਬ ਨਹੀਂ ਦੇਣਾ। ਮੈਂ ਅੱਜ ਸਾਡੇ ਜਾਖੜ ਸਾਹਿਬ ਨੂੰ ਪੂਰਨ ਮੁਬਾਰਕਬਾਦ ਦੇਣੀ ਚਾਹੁੰਦਾ ਕਿ ਉਹਨਾਂ ਨੇ BJP ਦੀ ਜਿਹੜੀ ਵਿਚਾਰਧਾਰਾ 'ਤੇ ਉਹ ਮੈਨੂੰ ਲੱਗਦਾ ਆਉਣ ਵਾਲੇ ਸਮੇਂ 'ਚ ਕੰਮ ਕਰਨਗੇ, ਔਰ ਮੈਂ ਇੱਥੇ ਕਿਤੇ ਨਾ ਕਿਤੇ ਸ਼ਲਾਘਾ ਵੀ ਕਰਦਾ BJP ਦੀ ਜਿਹੜੀ 2 ਸਾਲ ਪਹਿਲਾਂ ਕਮਿਟਮੈਂਟ ਕਰ ਲਈ ਉਹਨਾਂ ਨੇ ਸਾਡੇ ਇਲੈਕਸ਼ਨਾਂ ਵੇਲੇ, ਕਿਤੇ ਨਾ ਕਿਤੇ ਉਹ ਅੱਜ ਪੂਰੀ ਕਰਤੀ ਹੈ। ਇਹ 2 ਸਾਲ ਪਹਿਲਾਂ ਹੀ ਕਮਿਟਮੈਂਟ ਸੀ ਵੀ ਤੈਨੂੰ BJP ਦਾ ਪ੍ਰਧਾਨ ਬਣਾਉਣਾ ਹੈ, ਅਤੇ ਜਾਖੜ ਸਾਹਿਬ ਤੂੰ ਕਿਵੇਂ ਨਾ ਕਿਵੇਂ ਕਾਂਗਰਸ ਪਾਰਟੀ ਨੂੰ ਹਰਾਉਣ ਦਾ ਕੰਮ ਕਰਨਾ, ਨਹੀਂ ਤਾਂ ਅੱਜ ਤੱਕ BJP ਨੇ ਮੰਤਰੀ ਤਾਂ ਬਣਾ ਲਏ ਪਾਰਟੀ ਤੋਂ ਪਾਸੇ ਗਏ, ਕਿਉਂਕਿ ਇੱਕ ਸੰਗਠਨ ਹੁੰਦਾ ਬੜੀ ਨਿਰਾਸ਼ਤਾ ਹੁੰਦੀ ਹੈ, ਪੂਰਾ ਸੰਗਠਨ BJP ਜਿਨ੍ਹਾਂ ਨੇ ਲੋਕਾਂ ਨੇ ਵਿਚਾਰਿਆਂ ਨੇ ਥੱਲਿਓਂ ਬੂਥਾਂ ਤੋਂ ਲੈ ਕੇ, ਸਾਨੂੰ ਵੀ ਨਿਰਾਸ਼ਤਾ ਹੁੰਦੀ ਸੀ ਜਦੋਂ ਮਨਪ੍ਰੀਤ ਸਿੰਘ ਬਾਦਲ ਵਰਗੇ ਲੋਕਾਂ ਨੂੰ ਲਿਆ ਕੇ ਅੱਗੇ ਬਿਠਾ ਦਿੱਤਾ ਜਾਂਦਾ ਸੀ, ਅਤੇ ਫਿਰ ਮਨਪ੍ਰੀਤ ਸਿੰਘ ਬਾਦਲ ਦਾ ਖਮਿਆਜ਼ਾ ਕੀ ਨਿਕਲਿਆ ਤੁਸੀਂ ਦੇਖਿਆ ਹੀ ਹੈ। ਇਵੇਂ ਕੇਡਰ 'ਚ ਤਾਂ ਬਹੁਤ ਵੱਡੀ ਨਿਰਾਸ਼ਤਾ ਮੈਨੂੰ ਲੱਗਦਾ ਹੋਏਗੀ, ਕਿਉਂਕਿ ਮੰਤਰੀ ਤਾਂ ਬਣਾਇਆ ਜਾਂਦਾ ਲੇਕਿਨ ਪਾਰਟੀ ਦੀ ਕਮਾਨ ਜਿਸ ਵਿਅਕਤੀ ਨੇ ਗੁੜਤੀ ਕਾਂਗਰਸ ਤੋਂ ਲਈ ਹੋਵੇ ਉਹਨੂੰ ਦੇ ਦਿੱਤੀ ਹੋਵੇ, ਸੋ ਇਹ ਨਿਰਾਸ਼ਤਾ। ਪਰ ਅਸੀਂ ਫਿਰ ਵੀ ਆਲ ਦਾ ਬੈਸਟ ਟੂ ਜਾਖੜ ਸਾਹਿਬ, ਮੈਨੂੰ ਲੱਗਦਾ ਕਿ ਉਹ ਤਨਦੇਹੀ ਦੇ ਨਾਲ, ਕਿਉਂਕਿ 5 ਸਾਲ ਉਹ ਕਾਂਗਰਸ ਪਾਰਟੀ ਦੇ ਵੀ ਪ੍ਰਧਾਨ ਰਹੇ, ਅਤੇ ਦੇਖਦੇ ਹਾਂ ਹੁਣ ਉਹ ਕਿਸ ਤਨਦੇਹੀ ਦੇ ਨਾਲ ਵਧੀਆ ਤਰੀਕੇ ਦੇ ਨਾਲ BJP ਦੀ ਪ੍ਰਧਾਨਗੀ ਨਿਭਾਉਣਗੇ ਔਰ ਪੰਜਾਬ ਦੇ ਵਿੱਚ। ਮੈਂ ਬੇਸਿਕਲੀ ਉਹਨਾਂ ਨੂੰ ਵਧਾਈ ਦਿੰਦਾ, ਪਰਮਾਤਮਾ ਜਾਖੜ ਸਾਹਿਬ ਨੂੰ ਚੜ੍ਹਦੀ ਕਲਾ ਰੱਖੇ। ਤੁਸੀਂ ਇੱਧਰ ਪ੍ਰਧਾਨ ਹੋ ਤੇ ਉਹ ਨਵੇਂ ਉੱਧਰ ਪ੍ਰਧਾਨ ਬਣ ਗਏ, ਤੁਹਾਨੂੰ ਕੀ ਲੱਗਦਾ ਕਿੰਨੀ ਚੁਣੌਤੀ ਮੰਨਦੇ ਹੋ? ਕਿਉਂਕਿ ਜਾਖੜ ਸਾਹਿਬ ਬਾਰੇ ਕਿਹਾ ਜਾਂਦਾ ਹੈ ਕਿ ਕਾਂਗਰਸ ਦੀ ਨਬਜ਼ ਨੂੰ ਬੜੀ ਚੰਗੀ ਤਰ੍ਹਾਂ ਉਹ ਜਾਣਦੇ ਨੇ,
सो यार ये जरूरी नहीं अजकल हुण पुराने नब्ज फड़न वाले अजकल एलोपैथी डॉक्टर आ गए ने अजकल रोबोट जिहड़ा उह सर्जरी करदा है रोबोट सर्जरी करदा है अजकल नब्ज फड़न वाले कोई टावा टावा बाबा रह गया ते मैनू लगदा नब्ज वाला दा दुकान तो मतलब कि बहुत ही नब्ज वाली चलती नहीं पर फिर भी मैं किसी नूं ना तो अंडर एस्टीमेट करदा है ना मैं चैलेंज करदा है सो मैं उन्हां नूं मुबारकबाद दिंदा कि वह बेखूबी दे नाल और मैं बीजेपी दे उन्हां कार्यकर्ता नूं बीजेपी दे उन्हां कार्यकर्ता नूं जिन्हां ने रुपया रुपया ला के ते शाखावां ला के एक विचारधारा च जुड़े सी उन्हां नूं भी मुबारकबाद देना चाहुंदा कि अज तुहानूं नवां प्रधान बणिया ते थोनू समझना हो कांग्रेस के संगठन दे विच भी कोई बदलाव आने वाले दिनों दे विच मुमकिन है और इस बार जिस ढंग दे नाल कहा जा रहा है कि टिकटां नूं लैके काफ़ी मंथन किया जाऊगा और रिपोर्ट कार्ड भी ध्यान दे विच रखे जाएंगे और पंजाब दे विच ते काफ़ी दल बदल भी देखने सो संगठन का तो मैनू पता नहीं यार ये तो खरगे साहब दस सकते ने तुहानू कि संगठन दे विच कोई तब्दीली है या नहीं है लेकिन 100% टिकटां नूं लैके साढ़े बहुत ही होनहार सारे लोग ने आने वाले समय च इहदे ते मंथन जरूर होएगा रिपोर्ट कार्ड भी होएगा और मैं लगता कि एक ही क्राइटीरिया होना चाहिए विनेबल विनेबिलिटी क्राइटीरिया जिहड़े लोग जितने वाले होणगे उन्हां नूं मैनूं लगता असी नाम दसांगे जां जिहड़े साडे सिटिंग है उन्हां दा नाम दिया उन्हां नूं ते जिन्हां दा फैसला अंतिम फैसला खरगे साहब ते राहुल गांधी जी ने लैना जिन्हों मुनासिब समझे ओनू मैदान चो उतार दे देखो मैनू लगता कि फोकी मशहूरियां वाली सरकार ने उधर नू पटियाले अन्नी तो मूह नहीं करना क्योंकि किते ना किते बीजेपी का सारा असर हैगा हाँ ये फालतू की गल करके मैं कल भी क्लीयर की सी कि 15 दिन बाद ऐसा सगूफा छड़दे है मुख्यमंत्री साहब ऐसा सगूफा छड़दे है जिहदे नाल 15 दिन चर्चा का विशा बनिया रहिंदा है ते कल ये भी कहना क्योंकि कुछ चैनल कुछ ऐसे चैनल मैं सारे नहीं सारियां दा थोड़ा धन्यवाद करदा और मैं थोड़ा सारियां दा तहे दिलों धन्यवादी भी हाँ तुसी साडी गल चकदे हो फिर उसे नूं वार वार दोहराई जांदे आ वार वार उहदे ते चर्चा कराई जांदे आ ते जनता दा समा खराब करदे आ बुनियादी मुद्दे की सन लॉ एंड ऑर्डर बुनियादी मुद्दा है किसान सुसाइड करदा बुनियादी मुद्दा है टीचर अज कुटे जा रहे हैं बुनियादी मुद्दा है हैल्थ मुद्दा है माइनिंग मुद्दा है इन्हां तों ध्यान भटका रहे ने ते किते ना किते जिहड़ा बीजेपी का एजेंडा कांग्रेस को कमजोर करने वाला वो मुख्यमंत्री साहब जाने की मशहूरियां वाली सरकार जिहड़ी है वो कर रही है केवल तो केवल मुख्यमंत्री साहब का मशहूरी करना कम रहिंदा है पहला चन्नी वाले मामले हुण आ नवा मामला फड़ लिया 15 दिन इहनू लगणगे फिर इस तो बाद एक नवा मैं पंजाब की जनता नूं थोड़े राही कहना चाहुंदा है कि हुण जिहड़े इन्हां ने एडवोकेट जनरल बनाए ने हुण जिहड़ी टीम बनाई है फौज तैयार की है मेरे को अंकड़े ने मैं थोनू देंगा और मुख्यमंत्री साहब नूं सवाल पूछना चाहुंदा है कि आदरणीय मुख्यमंत्री साहब जिहड़े तुसीं इह बनाए है खजाने का खराबा हो रहा है हुण भी तो तुसीं बाहरों अपॉइंट किते वकील लैके आने हो 5-5 लाख रुपया उन्होंने 6-6 लाख रुपया दे रहे हो एक एक उत्थे आके सुनवाई का थोड़े को ऑलरेडी थोड़े चुने हुए सारे टीम हैगी है फिर उन्होंने ये काम दो फिर तुसी किदां कह सकते हो किसी नूं भी इन्होंने पैसे का नुकसान किया तुसी भी यू आर डूइंग द सेम टास्क तुसी भी तो उही कर रहे हो मैं कहना बहुत चंगी गल है यही यही जाखड़ साहब यही जाखड़ साहब मेहनो मेहनी होंदे होंदे सी असल विच तां सारे जिहड़े राजनीति दे वड्डे घराने आ मैं तां असीं पहला कहना हुंदा सी अंदरों कट्ठे है ये अंदरों कट्ठे है और मैं पहला भी कहना सी कि बीजेपी कदे भी अकाली दल तो अड नहीं हुई ओही कोठी सी हरसिमरत जी कोले ओही सारा चाम दाम सी इसे करके इन्होंने चाहे वह राष्ट्रपति दी वोट सी बंदी सिखां दी गल दा तां इह अकाली दल ड्रामा करदे सी अड होण दा तां किसानी अंदोलन वेले एक ड्रामा कीता अदरवाइज इकट्ठे सन
और जिहड़ा इन्हां दा समझौता वह भी कट्ठा ते तय तय, लेकिन यह वेखना भी कदों हुण इन्होंने अल्टीमेटली लोगों के उजागर करना है, वह पहला भी कट्ठे सन और इन्हां दे कट्ठ दा जिहड़ा पंजाब दा लोग है, पंजाब दा हिंदू है, वह उन्हां नूं पता है भी इन्हां दी असलीयत की है, उन्हां नूं पता है भी तकड़ी की असलीयत की है, उन्हां नूं पता है सब कुछ, वह इन्हां ते बिल्कुल विश्वास नहीं करेगा। ये कट्ठे होण तां असीं होर की भालदे हां, सानूं तां चाओ चाहिए जे ये कट्ठे होण। जदों ये पिछली वारी कट्ठे सी ते 8 सीटां उदों असीं लोक सभा दीआं जित्ते सां। जान बुझ के मूर्ख बनाया जा रहा है, यूनिफॉर्म सिविल कोड से नहीं, केंद्र की जो गल आती है तो हमेशा ही आम आदमी पार्टी ने दोहरे मापदंड अपनाए है, चाहे वह सिटीजन बिल से, चाहे वह धारा 370 से, चाहे यूनिफॉर्म सिविल कोड है जेड़ा थोड़ा राज्यसभा मेंबर है उन्हें यदि हमायत की है। राज्यसभा मेंबर अगर बोलता तो केजरीवाल साहब तो बिना नहीं बोल सकता। जेड़ा बंदा चीमा साहब न डांट ला सकता है, तुसी देखा होना जी ऑडियो वायरल हुई सी, वो केजरीवाल साहब तो बिना पूछे नहीं बोलता। तो अज जो मुख्यमंत्री साहब ने वेख्या भी रुख पंजाब के लोगों का पासे है, मनोरिटी स्टेट है, तो उन्होंने आपके बयान तो पलट गए कि उन्हों का पक्ष सुनना चाहिए सी। डबल स्टैंडर्ड है, डबल स्टैंडर्ड है। असं ये कहने कि कलैरिटी लियानी चाहिए, ज्यादा मुख्यमंत्री सह कह कि जोड़ा साढ़े राज्यसभा मैंबर ने बयान दिता वह बिल्कुल गलत है, तो जां फिर सहमति प्रगटाउण हर गल ते उत्थे जाना, ऑर्डिनेंस ते जाना, इधर उधर जाना, वह तो गल करते हैं। सो मेरे कहन का मतलब ये जान बुझ के डबल स्टैंडर्ड मुख्यमंत्री साहब गल कर रहे हैं, तो मैं थोनों पहले ही कहा कि ये आपस में मिले हुए हैं। इन चीज़ों तो ही गल आ रही है कि आपस में मिले हुए हैं, क्योंकि हर चीज़ से हमायत कर देनी बिना आखे। ऑर्डिनेंस दे मसले नूं लैके सीएम साहब कहंदे नजर आए ने कदों तक मार झेलेगी कांग्रेस, क्यों नहीं विरोधी कांग्रेस ते भी बथेरी मार रही है साडे नाल दुनिया। सो देखो पहला तुसीं ये गल करो, तुसीं धारा 370 दी गल कीती, तुसीं सिटीजन बिल, तुसीं तां बीजेपी हजे कहंदी नहीं तुसीं समर्थन कर दिंदे हो नाल दी नाल, ओपोजिशन पार्टीज नूं फैसला लैण दिओ, तुसीं एडी इक पार्टी हो इक राज चो, तुसीं असीं पूरे देश दे विच हां, लेट अस डिसाइड। यूयूसी ते असी की करदे आ, धारा 370 ते साडी और ओपोजिशन दी विचारधारा होर सी, थोड़ी कोई होर सी, सिटीजन बिल ते साडी विचारधारा कुछ होर सी, थोड़ी कुछ होर सी, यूजीसी ते साडी विचारधारा कुछ होर है, तुहाडा कुछ होर। कहिंदे सानू इह ना पढ़ाओ, सानू मुख्यमंत्री साहब इह ना पढ़ाओ भी असी की ऑर्डिनेंस ते स्टैंड लेना, जदों ऑर्डिनेंस आएगा, ये तो पहले ही भूमिका बनी फिरदे आ, जिद्दे ऑर्डिनेंस आएगा उदे कांग्रेस पार्टी का की रुख होएगा, वो देश की जनता नूं पता लग जाएगा। कदे भी कांग्रेस पार्टी बीजेपी का साथ जिंदगी भर ना दिता है ना देना है, क्योंकि ये विचारधारा की लड़ाई है।